चौक चौराहिया ते वड्डे टिड वाले पुलिस मुलाजम तुसी अक्सर खड़े देखे होंगे, पर हुण मोगा दे एसएसपी हरमनबीर सिंह गिल द्वारा इन्ना वड्डे टिड वालिया पुलिस मुलाजमा नूं फिट करन दे लई मोगा पुलिस लाइन च योगा ते नाल ही नाल कसरत करवाई जा रही है। तुहानू दस दिंदे हां कि मोगा जिले दे नाल संबंधित लगभग 100 पुलिस कर्मचारी जिस च पुरश अते महिला अफसर भी होणगे ते ओह सवेर दे समय योगा ते कसरत करन आ रहे ने। ਹਾਂਜੀ ਸਰ, ਕੀ ਨਾਮ ਤੁਹਾਡਾ? ਸਬ ਇੰਸਪੈਕਟਰ ਹਰਜੀਤ ਸਿੰਘ। ਹਰਜੀਤ ਜੀ, ਉਹ ਜਾਣਕਾਰੀ ਅੱਜ ਤੁਸੀਂ ਇੱਥੇ ਪੁਲਿਸ ਲਾਈਨ ਦੇ ਵਿੱਚ ਯੋਗਾ ਵਗੈਰਾ ਕਰਵਾ ਰਹੇ ਹੋ, ਕੀ ਮਕਸਦ? ਮਾਨਯੋਗ ਐਸਐਸਪੀ ਸਾਹਿਬ ਸਰਦਾਰ ਹਰਮਨਬੀਰ ਸਿੰਘ ਗਿੱਲ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਸਪੀ ਹੈੱਡਕੁਆਟਰ ਸਾਹਿਬ, ਡੀਐਸਪੀ ਹੈੱਡਕੁਆਟਰ ਸਾਹਿਬ ਦੀ ਨਿਗਰਾਨੀ ਹੇਠ ਇਹ ਪੁਲਿਸ ਲਾਈਨ ਮੋਗਾ ਵਿੱਚ ਜਿਹੜਾ ਕੋਰਸ ਕਰਵਾਇਆ ਜਾ ਰਿਹਾ, ਜਿਹੜੇ ਓਵਰਵੇਟ ਪੁਲਿਸ ਮੁਲਾਜ਼ਮਾਂ ਉਹਨਾਂ ਦਾ ਵੇਟ ਘੱਟ ਲਈ, ਉਹਨਾਂ ਨੂੰ ਤੰਦਰੁਸਤ ਕਰਨ ਲਈ ਜਿਹੜਾ ਕੋਰਸ ਚਲਾਇਆ ਜਾ ਰਿਹਾ। ਅਤੇ ਇਹ 'ਚ ਕੀ ਕੀਤਾ ਜਾ ਰਿਹਾ ਜੀ? ਇਹ ਮਾਨਯੋਗ ਐਸਐਸਪੀ ਸਾਹਿਬ ਨੇ ਸਾਨੂੰ ਟਾਈਮ ਟੇਬਲ ਬਣਾ ਕੇ ਦਿੱਤਾ, ਇਹਦੇ ਸਭ ਤੋਂ ਪਹਿਲਾਂ ਅਸੀਂ ਪੀਟੀ ਕਰਾਉਂਦੇ ਹਾਂ 6:30 ਵਜੇ ਇਹਨਾਂ ਦਾ ਸ਼ੁਰੂ ਹੁੰਦਾ ਕੰਮ, 5:30 ਵਜੇ ਤੱਕ ਨਿਰੰਤਰ ਜਾਰੀ ਰਹਿੰਦਾ। ਇਹਦੇ ਵਿੱਚ ਅਸੀਂ ਪੀਟੀ, ਯੋਗਾ ਅਤੇ ਵੈਪਨ ਸੰਬੰਧੀ ਜਿਹੜੀ ਟ੍ਰੇਨਿੰਗ ਦਿੰਦੇ ਹਾਂ ਅਤੇ ਇਹਨਾਂ ਟਾਈਮ ਟੇਬਲ ਮੁਤਾਬਕ ਇਹਨਾਂ ਦਾ ਸਾਰਾ ਚਲਾਇਆ ਜਾ ਰਿਹਾ। ਕਿੰਨੇ ਕੁ ਦਿਨ ਵਾਸਤੇ ਗਰੁੱਪ ਚਲਾ? 15 ਤਰੀਕ ਤੋਂ ਲੈ ਕੇ 31 ਤਰੀਕ ਤੱਕ 15 ਦਿਨ ਦਾ ਇਹ ਕੋਰਸ ਚਲਾਇਆ, ਜਿਹਦੇ ਕਰੀਬ ਸਾਡੇ ਡਿਸਟ੍ਰਿਕਟ ਦਾ 100 ਕੁ ਮੁਲਾਜ਼ਮ ਹੈ। ਇਹਨਾਂ ਨੂੰ ਸਟੈਪ ਬਾਈ ਸਟੈਪ ਜਿਹੜਾ ਬੈਚ ਬਣਾ ਕੇ ਜਿਹੜਾ ਕਰਵਾਇਆ ਜਾ ਰਿਹਾ। ਅਤੇ ਇੱਕ ਅਗਾਂਹ ਵੀ ਚੱਲੇਗਾ ਕਿ ਇੱਧਰ? ਹਾਂਜੀ ਹਾਂਜੀ, ਸਾਡਾ ਇਹ ਆ ਵੀ ਜਲਦੀ ਜਲਦੀ ਅਸੀਂ 100 ਬੰਦਾ ਜਿਹੜੇ 100 ਕਰਮਚਾਰੀ ਜਿਹੜੇ ਅਸੀਂ ਦੇਖੋ ਜੀ 15 ਦਿਨਾਂ ਦੇ ਵਿੱਚ ਹੀ ਲਗਭਗ ਅੱਜ 13ਵਾਂ 14ਵਾਂ ਦਿਨ ਫਿਰ ਦੁਬਾਰਾ ਅਸੀਂ ਵੇਟ ਚੈੱਕ ਕੀਤਾ, 2-2.5 ਕਿਲੋ ਇਹਨਾਂ ਦਾ ਘੱਟ ਕੀ ਨਾਂ ਤੁਹਾਡਾ? ਮਨਪ੍ਰੀਤ ਜੀ, ਦਿਓ ਜਾਣਕਾਰੀ, ਤੁਸੀਂ ਇੱਥੇ ਯੋਗਾ ਕਰਨ ਆਉਂਦੇ ਹੋ ਜੀ, ਅਤੇ ਕਿੱਦਾਂ ਮਹਿਸੂਸ ਕਰਦੇ ਹੋ? ਬਹੁਤ ਵਧੀਆ ਸਰ, ਫਰੈਸ਼ ਮਹਿਸੂਸ ਕਰਦੇ ਹਾਂ। ਕਿੰਨੇ ਕੁ ਦਿਨ ਹੋ ਗਏ ਜੀ? 10-12 ਦਿਨ ਹੋ ਗਏ ਜੀ। ਅਤੇ ਹੁਣ ਅਗਲੀ ਰਣਨੀਤੀ ਕੀ ਹੈ, ਕਦੋਂ ਤੱਕ ਕਰਦੇ ਰਹੋਗੇ ਇਹ ਸਾਰੀਆਂ ਕਲਾਸਿਸ? ਸਾਡਾ 31 ਤਰੀਕ ਤੱਕ ਹੈਗਾ ਜੀ, 15 ਦਿਨ ਦਾ ਕੋਰਸ ਸੀ, ਅਤੇ ਯੋਗਾ ਪੀਟੀ ਸਾਰਾ ਕੁਛ ਹੁੰਦਾ। ਕੋਈ ਤੁਹਾਨੂੰ ਲਾਭ ਹੋਇਆ ਜੀ ਇਸ ਯੋਗਾ ਕਰਨਾ? ਹਾਂਜੀ ਹਾਂਜੀ, ਵੇਟ ਵਗੈਰਾ ਥੋੜ੍ਹਾ ਘੱਟ ਹੋਇਆ ਅਤੇ ਫਰੈਸ਼ ਮਹਿਸੂਸ ਕਰਦੇ ਹਾਂ ਅਤੇ ਡਾਈਜੈਸਟ ਸਿਸਟਮ ਵਧੀਆ ਹੋ ਗਿਆ। ਅਤੇ ਕੀ ਮੈਸੇਜ ਦੇਣਾ ਚਾਹੋਗੇ ਬਾਕੀ ਦੇ ਅਨਫਿਟ ਪੁਲਿਸ ਕਰਮਚਾਰੀਆਂ ਨੂੰ ਜਾਂ ਕਿਸ? ਕਿ ਇੱਥੇ ਐਲਓ ਸਾਹਿਬ ਨੇ ਜਿਹੜਾ ਕੋਰਸ ਚਲਾਇਆ ਜਾਂ ਉਸਤਾਦ ਸਰ ਕਰਾਉਂਦੇ ਇੱਥੇ, ਉਹ ਇੱਥੇ ਵੱਧ ਤੋਂ ਵੱਧ ਹਿੱਸਾ ਪਾਉਣ ਅਤੇ ਆ ਕੇ ਆਪਣਾ ਯੋਗਾ ਪੀਟੀ ਕਰਕੇ ਆਪਣਾ ਵੇਟ ਘਟਾਉਣ, ਉਹਨਾਂ ਨੂੰ ਲਾਭ ਵੀ ਹੈ ਇਸ ਚੀਜ਼ ਦਾ ਸਾਰਿਆਂ ਦਾ। ਹਾਂਜੀ।